ਮੈ ਰਾਮ ਅਨਸਿੱਦੂ ਲੈ ਕੇ ਹਾਜ਼ਰਾਂ ਨੈਸ਼ਨਲ ਨਿਊਜ਼ ਆਓ ਚਾਤ ਮਾਰਦੇ ਆਂ ਖਬਰਾਂ ਤੇ ਰੂਡੋ ਦਾ ਹਿੰਦੂਆਂ ਪ੍ਰਤੀ ਜਾਗਿਆ ਪਿਆਰ ਮੰਦਰ ਜਾ ਕੇ ਜਗਾਇਆ ਦੀਵਾ ਭਾਰਤ ਨਾਲ ਵਾਅਦੇ ਤਣਾਅ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਰੂਡੋ ਦਾ ਹਿੰਦੂ ਪਿਆਰ ਜਾਗ ਪਿਆ ਇੰਨਾ ਹੀ ਨਹੀਂ ਉਹਨਾਂ ਨੇ ਮੰਦਰਾਂ 'ਚ ਵੀ ਜਾਣਾ ਸ਼ੁਰੂ ਕਰ ਦਿੱਤਾ ਰੂਡੋ ਨੇ ਖੁਦ ਇਸ ਵਾਰੇ ਦੱਸਿਆ ਦੀਵਾਲੀ ਮੌਕੇ ਤੇ ਰੂਡੋ ਕੁਝ ਮੰਦਰਾਂ ਵਿੱਚ ਗਏ ਤੇ ਦੀਵੇ ਵੀ ਜਗਾਏ ਇਸ ਤੋਂ ਇਲਾਵਾ ਉਸਨੇ ਜਲੇਬੀ ਵੀ ਖਾਧੀ ਇਸ ਮੌਕੇ ਉਹਨਾਂ ਹਿੰਦੂਆਂ ਦਾ ਸਾਥ ਨਾ ਛੱਡਣ ਦੀ ਗੱਲ ਕਹੀ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਆਮ ਵਾਂਗ ਨਹੀਂ ਰਹੇ ਨੇ ਕੈਨੇਡਾ ਨੇ ਭਾਰਤ ਦੇ ਹਰਦੀਪ ਸਿੰਘ ਨਿੱਜਰ ਨੂੰ ਮਾਰਨ ਦਾ ਤੋਸ਼ ਲਗਾਇਆ ਸੀ ਪਿਛਲੇ ਕੁਝ ਦਿਨਾਂ ਵਿੱਚ ਕੈਨੇਡਾ ਨੇ ਭਾਰਤ ਦੇ ਵੀ ਸਾਈਬਰ ਜਾਸੂਸੀ ਕਾਰਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵੀ ਕੁਝ ਦੋਸ਼ ਲਾਏ ਨੇ ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਕਸ ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਹਿੰਦੂ ਮੰਦਰਾਂ ਦੇ ਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਟਰੂਡੋ ਇਸ ਦੌਰਾਨ ਕੈਨੇਡਾ 'ਚ ਹਿੰਦੂ ਭਾਈਚਾਰੇ ਨਾਲ ਮੁਲਾਕਾਤ ਕਰ ਰਹੇ ਨੇ ਇਸ ਦਰਾਂ ਨੂੰ ਦੀਵਾ ਜਗਾ ਕੇ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਵੀ ਦੇ ਰਹੇ ਨੇ ਇਸ ਤੋਂ ਪਹਿਲਾਂ ਟਰੂਡੋ ਨੇ ਕਿਹਾ ਹੈ ਕਿ ਦੀਵਾਲੀ ਹਨੇਰੇ ਤੇ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਹੈ ਸਾਨੂੰ ਆਪਣੇ ਜੀਵਨ ਵਿੱਚ ਹੋਰ ਰੌਸ਼ਨੀ ਦੀ ਲੋੜ ਹੈ ਦੀਵਾਲੀ ਮੌਕੇ ਆਪਣੇ ਸੰਦੇਸ਼ ਚ ਜਸਟਨ ਟ੍ਰੂਡੋ ਨੇ ਕੈਨੇਡੀਅਨ હિન્દੂਆਂ ਨਾਲ ਖੜੇ ਹੋਣ ਦੀ ਗੱਲ ਕੀਤੀ ਉਹਨਾਂ ਭਾਰਤੀ ਭਾਈਚਾਰੇ ਵਿੱਚ ਦੀਵਾਲੀ ਦੇ ਮਹੱਤਵ ਬਾਰੇ ਵੀ ਦੱਸਿਆ ਟਰੂਡੋ ਨੇ ਕਿਹਾ ਹੈ ਕਿ ਹਿੰਦੂ ਸਿੱਖ ਬੋਧੀ ਤੇ ਜੈਨ ਪਰਿਵਾਰ ਦੀਵਾਲੀ ਮਨਾਉਣਗੇ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ શુભ ਕਾਮਨਾਵਾਂ ਉਹਨਾਂ ਨੇ ਕਿਹਾ ਕਿ ਅਸੀਂ ਕੈਨੇਡਾ ਵਿੱਚ ਰਹਿੰਦੇ ਸਾਰੇ ਹਿੰਦੂਆਂ ਦੀ ਸੁਰੱਖਿਆ ਲਈ ਡੇਢ ਸੰਕਲਪ ਹਾਂ ਟਰੂਡੋ ਦਾ ਇਹ ਸੰਦੇਸ਼ ਅਜਿਹੇ ਸਮੇਂ ਆਇਆ ਜਦੋਂ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਖਾਲਸਤਾਨੀਆਂ ਤੋਂ ਹਿੰਦੂਆਂ ਨੂੰ ਖਾਤਰੀ ਦਾ ਖਲਸਾ ਪ੍ਰਗਟਾਇਆ ਸੀ ਉਹਨਾਂ ਨੇ ਸਰਕਾਰ ਨੂੰ ਖਾਲਸਤਾਨੀਆਂ ਵੱਲੋਂ ਖਤਰੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਸੀ ਕੈਨੇਡਾ ਨੇ ਪਹਿਲੀ ਵਾਰ ਭਾਰਤ ਨੂੰ ਸਾਈਬਰ ਖਤਰਾ ਪੈਦਾ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੈਨੇਡਾ ਨੇ ਪਹਿਲੀ ਵਾਰ ਭਾਰਤ ਨੂੰ ਸਾਈਬਰ ਖਤਰਾ ਪੈਦਾ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ ਇਸرائیਲ ਉਸ ਨੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤੀ ਸਰਕਾਰ ਦੁਆਰਾ ਸਪੌਂਸਰ ਕੀਤੇ ਤਾਤਾ ਰੇ ਓਟਾਵਾ ਵਿਰੁੱਧ ਜਸੂਸੀ ਦੀ ਸੰਭਾਵਨਾ ਹੈ ਇਸ ਰਾਹੀਂ ਉਸਨੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਦੁਆਰਾ ਸਪான்ਸਰ ਕੀਤੇ ਤੱਤਾਂ ਰਾਹੀਂ ਓਟਾਵਾ ਵਿਰੁੱਧ ਜਾਸੂਸੀ ਦੀ ਸੰਭਾਵਨਾ ਹੈ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਕੂਟਨੀਤਕ ਅਤਾਰ ਦੇ ਵਿਚਕਾਰ ਕੈਨੇਡਾ ਦੀ ਨੈਸ਼ਨਲ ਸਾਈਬਰ ਥ੍ਰੈਟ ਅਸੈਸਮੈਂਟ 2025-26 ਰਿਪੋਰਟ ਵਿੱਚ ਚੀਨ, ਰੂਸ, ਈਰਾਨ ਤੇ ਉੱਤਰੀ ਕੋਰੀਆ ਤੋਂ ਬਾਅਦ ਭਾਰਤ ਨੂੰ ਪੰਜਵਾਂ ਸਥਾਨ ਮਿਲਿਆ ਹੈ। ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਅਸੀਂ ਮੁਲਾਂਕਣ ਕਰਦੇ ਹਾਂ ਕਿ ਭਾਰਤ ਸਰਕਾਰ ਦੁਆਰਾ ਸਪੌਂਸਰ ਕੀਤੇ ਸਾਈਬਰ ਧੰਕੀ ਅਦਾਕਾਰਾਂ ਨੇ ਜਾਸੂਸੀ ਦੇ ਉਦੇਸ਼ ਲਈ ਕੈਨੇਡਾ ਸਰਕਾਰ ਦੇ ਨੈਟਵਰਕਾਂ ਦੇ ਵਿਰੁੱਧ ਸਾਈਬਰ ਧੰਕੀ ਸਰਗਰਮੀ ਦਾ ਸੰਚਾਲਨ ਕੀਤਾ ਹੋਣ ਦੀ ਸੰਭਾਵਨਾ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ਵਿੱਚ ਆਇਆ ਜਦੋਂ 1 ਸਾਲ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਕੋਲ ਇਸ ਗੱਲ ਦੇ ਪ੍ਰੋਸੀ ਯੋਗ ਸਬੂਤ ਨੇ ਕਿ ਜੂਨ 2023 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਕੈਨੇਡੀਅਨ ਸੇਕ ਕਾਰਕੁਨ ਹਰਦੀਪ ਸਿੰਘ ਨੇਜਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ 에ਜੰਟ ਸ਼ਾਮਲ ਸਨ ਭਾਰਤ ਨੇ ਇਸ ਦੋਸ਼ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ ਸੀ ਤੇ ਇਸ ਯੋਸ਼ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਖਰਾਬ ਹੋ ਗਏ ANCCEA 2025-26 ਉਨ੍ਹਾਂ ਸਾਈਬਰ ਖਤਰਿਆਂ ਨੂੰ ਉਜਾਗਰ ਕਰਦਾ ਜਿਨ੍ਹਾਂ ਦਾ ਕੈਨੇਡਾ ਵਿੱਚ ਵਿਅਕਤੀਆਂ ਤੇ ਸੰਸਥਾਵਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਇਹ 30 ਅਕਤੂਬਰ ਨੂੰ ਕੈਨੇਡੀਅਨ ਸੈਂਟਰ ਫਾਰ ਸਾਈਬਰ ਸਿਕਿਉਰਿਟੀ ਸਾਈਬਰ ਸੁਰੱਖਿਆ ਤੇ ਕੈਨੇਡਾ ਦੀ ਤਕਨੀਕੀ ਅਥਾਰਟੀ ਤੇ ਸੂਚਾਰ ਸੁਰੱਖਿਆ ਸਥਾਪਨਾ ਕੈਨੇਡਾ ਦੇ ਹਿੱਸੇ ਦੁਆਰਾ ਚਾਰੀਕ ਕੀਤਾ ਗਿਆ ਸੀ ਸਾਲ 2018-20 ਤੇ 2023-24 ਲਈ ਨੈਸ਼ਨਲ ਸਾਈਬਰ ਥ੍ਰੈਟ ਅਸੈਸਮੈਂਟ ਰਿਪੋਰਟ ਵਿੱਚ ਭਾਰਤ ਦਾ ਕੋਈ ਜ਼ਿਕਰ ਨਹੀਂ ਸੀ ਜਦੋਂ ਕਿ 2025-26 ਦੇ ਮੁਲਾਂਕਣ ਵਿੱਚ ਭਾਰਤ ਚੀਨ ਰੂਸ ਈਰਾਨ ਤੇ ਉੱਤਰੀ ਕੋਰੀਆ ਦੇ ਨਾਲ ਦੋਸ਼ਮਣ ਦੇਸ਼ਾਂ ਤੋਂ ਸਾਈਬਰ ਧਮਕੀਆਂ ਸੈਕਸ਼ਨ ਵਿੱਚ ਜ਼ਿਕਰ ਕੀਤਾ ਗਿਆ ਜਿਸ ਵਿੱਚ ਕੈਨੇਡਾ ਲਈ ਸਾਈਬਰ ਖਤਰਿਆਂ ਬਾਰੇ ਚਰਚਾ ਕੀਤੀ ਗਈ ਹੈ ਗੁਲਾੰਕਰ ਰਿਪੋਰਟ ਵਿੱਚ ਕਿਹਾ ਗਿਆ ਹੈ ਭਾਰਤ ਦੀ ਲੀਡਰਸ਼ਿਪ ਲਗਭਗ ਯਕੀਨੀਦਾਰ ਤੇ ਕੇਂਦਰੀ ਸਾਈਬਰ ਸਮਰਥਾਵਾਂ ਦੇ ਨਾਲ ਇੱਕ ਆਧੁਨਿਕ ਸਾਈਬਰ ਪ੍ਰੋਗਰਾਮ ਬਣਾਉਣ ਦੀ ਇੱਛਾ ਰੱਖਦੀ ਹੈ ਭਾਰਤ ਇਸ ਦੇ ਵਰਤੋਂ ਆਪਣੇ ਰਾਸ਼ਟਰੀ ਸੁਰੱਖਿਆ ਹਿੱਤਾਂ ਨੂੰ ਅੱਗੇ ਵਧਾਉਣ ਲਈ ਕਰਦਾ ਹੈ ਜਿਸ ਵਿੱਚ ਜਾਸੂਸੀ ਅਤਵਾਦ ਵਿਰੋਧੀ ਤੇ ਭਾਰਤ ਦੀ ਗਲੋਬਲ ਸਥਿਤੀ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਸ਼ਾਮਲ ਨੇ ਕੈਨੇਡਾ ਵੈਨਕੂਵਰ ਦੇ ਸਭ ਤੋਂ ਵੱਡੇ ਗੁਰਦੁਆਰੇ ਦੇ ਬਾਹਰ ਪ੍ਰਦਰਸ਼ਨ ਦੇ ਡਰੋਂ ਬਫਰ ਜ਼ੋਨ ਬਣਾਉਣ ਦਾ ਹੁਕਮ ਸੀ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਵੈਨਕੂਵਰ ਦੇ ਸਭ ਤੋਂ ਵੱਡੇ ਗੁਰਦੁਆਰੇ ਦੇ ਆਲੇ ਦੁਆਲੇ ਬਫਰ ਜ਼ੋਨ ਸਥਾਪਿਤ ਕਰਨ ਦਾ ਹੁਕਮ ਜਾਰੀ ਕੀਤਾ ਤਾਂ ਜੋ ਪ੍ਰਦਰਸ਼ਨਕਾਰੀਆਂ ਤੇ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਵਿਚਕਾਰ ਸੰਭਾਵਿਤ ਟਕਰਾਅ ਨੂੰ ਰੋਕਿਆ ਜਾ ਸਕੇ ਰੌਸ ਸਟਰੀਟ ਗੁਰਦੁਆਰੇ ਦੇ ਨੇਤਾਵਾਂ ਨੇ 2 ਨਵੰਬਰ ਤੇ 16 ਨਵੰਬਰ ਨੂੰ ਯੋਜਨਾਬੱਧ ਦੋ ਕੌਂਸਲਰ ਕੈਂਪਾਂ ਤੋਂ ਪਹਿਲਾਂ ਇੱਕ ਅਗਾਊ ਹੁਕਮਦੀਦ ਮੰਗੀ ਤੀ ਹੈ ਕਿਉਂਕਿ ਕੈਨੇਡਾ ਦੇ ਭਾਰਤ ਵਿਚਾਲੇ ਇਸ ਕਾਲ ਨੂੰ ਲੈ ਕੇ ਤਣਾਅ ਹੈ ਕਿ ਭਾਰਤ ਸਰਕਾਰ ਕੈਨੇਡੀਅਨ ਸਰਹੱਦਾਂ ਦੇ ਅੰਦਰ ਵਿਆਪਕ ਹਿੰਸਾ ਵਿੱਚ ਸ਼ਾਮਲ ਰਹੀ ਹੈ ਅਦਾਲਤੀ ਦਸਤਾਵੇਜ਼ਾਂ ਵਿੱਚ ਇਨਾ ਕੈਂਪਾਂ ਨੂੰ ਭਾਰਤੀ ਮੂਲ ਦੇ ਸੀਨੀਅਰ ਨਾਗਰਿਕਾਂ ਲਈ ਭਾਰਤੀ ਸਰਕਾਰ ਨਾਲ ਮਿਲ ਕੇ ਪ੍ਰਸ਼ਾਸਨਿਕ ਕੰਮਾਂ ਨੂੰ ਪੂਰਾ ਕਰਨ ਦਾ ਇੱਕ ਤਰੀਕਾ ਦੱਸਿਆ ਗਿਆ ਹੈ ਮੁਕਤੌਰ ਤੇ ਉਹਨਾਂ ਦੀ ਪੈਨਸ਼ਨ ਨਾਲ ਸੰਬੰਧਿਤ ਜਿਸ ਲਈ ਉਹਨਾਂ ਨੂੰ ਭਾਰਤੀ ਵਣਜਦੂਤਕਰ ਵਿੱਚ ਨਿੱਜੀ ਤੌਰ ਤੇ ਮੌਜੂਦ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਗੁਰਦੁਆਰੇ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਸਾਲ ਇਸ ਅਜੋજન ਖਿਲਾਫ ਵਿਰੋਧ ਦੀ ਉਮੀਦ ਹੈ ਕਿਉਂਕਿ ਹਾਲ ਹੀ ਵਿੱਚ RCMP ਨੇ ਦੋਸ਼ ਲਾਇਆ ਕਿ ਭਾਰਤੀ ਵਨਜਦੂਤ ਘਰ ਦੇ ਅਧਿਕਾਰੀ ਕੈਨੇਡਾ ਵਿੱਚ ਗੈਰ ਕਾਨੂੰਨੀ ਤੇ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਨੇ ਰੌਸ ਸਟਰੀਟ ਗੁਰਦੁਆਰਾ ਲੀਡਰਸ਼ਿਪ ਦੇ ਵਕੀਲ ਸਕਾਟ ਟਰਨਰ ਨੇ ਕਿਹਾ ਇਸ ਮੌਜੂਦਾ ਮਾਹੌਲ ਵਿੱਚ ਖਾਲਸਤਾਨੀ ਸਮਰਥਕਾਂ ਤੇ ਭਾਰਤ ਸਰਕਾਰ ਵਿਚਕਾਰ ਤਣਾਅ ਵਧ ਗਿਆ ਹੈ ਕਿ ਉਹ ਕਿਸੇ ਵੀ ਰੂਪ ਵਿੱਚ ਭਾਰਤ ਸਰਕਾਰ ਦੀ ਆਲੋਚਨਾ ਕਰ ਰਹੇ ਨੇ ਟ੍ਰਾਂਟੋ ਪੁਲਿਸ ਵੱਲੋਂ 98 ਕਾਰ ਚੋਰ ਕਾਬੂ 350 ਕਾਰਾਂ ਬਰਾਮਦ ਟ੍ਰਾਂਟੋ ਪੁਲਿਸ ਵੱਲੋਂ ਕਾਰ ਚੋਰੀਆਂ ਵਿਰੋਧ ਵਿੱਡੀ ਮੁਹਿੰਮ ਤਹਿਤ 98 ਕਾਰ ਚੋਰ ਕਾਬੂ ਕਰਕੇ 350 ਕਾਰਾਂ ਬਰਾਮਦ ਕੀਤੀਆਂ ਗੰਗਾ ਨੇ ਪਛਾਣਨ ਕੋਲ ਲਈ ਕਈ ਕਾਰਾਂ ਦੀ ਵੱਡ ਟੋਕ ਕੀਤੀ ਹੋਈ ਸੀ ਤੇ ਕੰਗਾ ਨੂੰ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਅਸਲੀ ਪਲੇਟਾਂ ਲਾੰਗਾ ਗੰਗਾ ਸਨ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਚੋਰਾਂ ਵੱਲੋਂ ਚੋਰੀ ਕਰਕੇ ਵੈਲਜੀਅਮ ਭੇਜੀਆਂ ਗੰਗਾ ਕਾਰਾਂ ਦਾ ਪਤਾ ਲਾ ਕੇ ਉੱਥੋਂ ਉਹ ਕਾਰਾਂ ਵਾਪਸ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ ਪੁਲਿਸ ਅਧਿਕਾਰੀਆਂ ਅਨੁਸਾਰ ਚੋਰੀ ਦੀਆਂ ਕਈ ਕਾਰਾਂ ਦੇ ਵਿਨ ਨੰਬਰ ਬਦਲ ਕੇ ਜਾਲੀ ਕਾਗਜ਼ਾ ਤਿਆਰ ਕਰਕੇ ਰਜਿਸਟਰ ਕੀਤਾ ਗਿਆ ਸੀ ਇਸ ਤੋਂ ਲੱਗਦਾ ਹੈ ਕਿ ਇਸ ਕੰਮ ਵਿੱਚ Ontario ਸਬਾਹਮਾ ਦੇ ਕੁਝ ਮੁਲਾਜ਼ਮ ਵੀ ਸ਼ਾਮਲ ਹੋ ਸਕਦੇ ਨੇ ਉਹਨਾਂ ਦੱਸਿਆ ਕਿ ਬਿਨ ਅਜੀਹਾ ਨੰਬਰ ਹੈ ਜੋ ਵਿਸ਼ੂ ਪਦਰਤੇ ਕਿਸੇ ਹੋਰ ਨਾਲ ਮੇਲ ਨਹੀਂ ਖਾਂਦਾ ਪਰ ਚੋਰ ਤੇ ਉਹਨਾਂ ਦੇ ਸਹਿਯੋਗੀ ਨੰਬਰਾਂ ਦੀ ਪੰਤ ਤੋੜ ਕਰਕੇ ਕਾਨੂੰਨ ਨਵੀਂ ਪਲੇਟ ਲਵਾ ਕੇ ਚੋਰੀ ਦਾ ਸਰਾਗ ਮਿਟਾ ਦਿੰਦੇ ਸਨ ਜਿਸ ਕਰਕੇ ਚੋਰੀ ਦੀਆਂ ਕਾਰਾਂ ਫੜਨਾ ਔਖਾ ਹੋਇਆ ਪਿਆ ਸੀ ਉਹਨਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਚੋਰ ਮੋਰੀ ਨੂੰ ਬੰਦ ਕਰਨ ਵਾਸਤੇ ਹੀ ਕਾਰ ਚੋਰਾਂ ਲਈ ਸਖਤ ਕਾਨੂੰਨ ਤਿਆਰ ਕੀਤਾ ਗਿਆ ਹੈ ਜਿਸ ਦੇ ਪਾਸ ਹੋਣ ਤੋਂ ਬਾਅਦ ਚੋਰਾਂ ਨੂੰ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰੱਖਣਾ ਦੇ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਰਜਿਸਟਰ ਕਰਨ ਵਾਲਿਆਂ ਨੂੰ 1 ਲੱਖ ਡਾਲਰ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜਿਹੜੇ 59 ਚੋਰ ਫੜੇ ਗਏ ਨੇ ਉਹਨਾਂ ਵਿੱਚੋਂ ਕਈ ਤਾਂ ਪਹਿਲਾਂ ਹੀ ਚੋਰੀ ਦੇ ਕੇਸਾਂ ਵਿੱਚ ਜ਼ਮਾਨਤੇ ਨੇ। ਕੈਨੇਡਾ ਚ ਪੀਅਰ ਪਾਲਿਵਰ ਨੇ ਦੀਵਾਲੀ ਜਸ਼ਨ ਤੋਂ ਨਾ ਕਰਕੇ ਸਹੀੜੀ ਭਾਰਤੀ ਭਾਈਚਾਰੇ ਦੀ ਨਾਰਾਜ਼ਗੀ ਕੈਨੇਡੀਅਨ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਆਗੂ ਪੀਅਰ ਪਾਲੀਵਰ ਵੱਲੋਂ ਸੰਸਦ ਵਿੱਚ ਮਨਾਏ ਜਾਣ ਵਾਲੇ 24ਵੇਂ ਦੀਵਾਲੀ ਸਮਾਗਮ ਵਿੱਚ ਸ਼ਮੂਲੀਅਤ ਨਾ ਕਰਕੇ ਕੈਨੇਡਾ ਵਸੇ ਭਾਰਤੀ ਭਾਈਚਾਰੇ ਦੇ ਇੱਕ ਹਿੱਸੇ ਦੀ ਨਾਰਾਜ਼ਗੀ ਸਹੇੜ ਲਈ ਹੈ ਇਸ ਭਾਈਚਾਰੇ ਵੱਲੋਂ ਇਸ ਸਮਾਗਮ ਦੀਆਂ ਸ਼ਾਨੋ ਸ਼ੌਕਤ ਨਾਲ ਕੀਤੀਆਂ ਤਿਆਰੀਆਂ ਧਰੀਆਂ ਧਰਾਂ ਜਾ ਰਹਿ ਗਈਆਂ ਬੇਸ਼ੱਕ ਸਮਾਗਮ ਤਾਂ ਹੋਇਆ ਪਰ ਇਸ ਵਿੱਚ ਉਹ ਰੌਣਕ ਦੇ ਰੰਗ ਤਾਂ ਨਹੀਂ ਜਿਸ ਦੀ ਕਈ ਦਿਨਾਂ ਤੋਂ ਤਿਆਰੀ ਕੀਤੀ ਜਾ ਰਹੀ ਸੀ ਪੀਰ ਪਾਲੀਵਰ ਵੱਲੋਂ ਇੱਕ ਦਿਨ ਪਹਿਲਾਂ ਕੀਤੇ ਨਾਂ ਦੇ ਐਲਾਨ ਤੋਂ ਉਸਦੇ ਖਾਸਮ ਖਾਸ ਸਮਝੇ ਜਾਂਦੇ ਭਾਈਚਾਰੇ ਦੇ ਆਗੂਆਂ ਨੂੰ ਵੱਡਾ ਝਟਕਾ ਲੱਗਾ ਹੈ। ਬੇਸ਼ੱਕ ਇਸ ਬਾਰੇ ਕੋਈ ਵੀ ਅਜੇ ਖੁੱਲ ਕੇ ਗੱਲ ਕਰਨ ਨੂੰ ਤਿਆਰ ਨਹੀਂ ਪਰ ਉਹਨਾਂ ਦੀ ਕਮੋਸ਼ੀ ਆਪਣੇ ਆਪ ਵਿੱਚ ਸਵਾਲ ਪੈਦਾ ਕਰ ਰਹੀ ਹੈ। ਪਾਰਲੀਮੈਂਟ ਵਿੱਚ ਦੀਵਾਲੀ ਜਸ਼ਨ ਮਨਾਉਣ ਦੀ ਸ਼ੁਰੂਆਤ 2001 ਵਿੱਚ ਸ਼ੁਰੂ ਹੋਈ ਸੀ ਤੇ ਹੁਣ ਤੱਕ ਹਰ ਸਾਲ ਇਸ ਨੂੰ ਧੂਮ-ਧਾਮ ਤੇ ਭਾਈਚਾਰੇ ਦੀ ਸ਼ਮੂਲੀਅਤ ਨਾਲ ਮਨਾਇਆ ਜਾਂਦਾ ਹੈ। ਓਵਰਸੀਜ਼ਰ ਫਰੈਂਡਸ ਆਫ ਇੰਡੀਆ ਕੈਨੇਡਾ ਦੇ ਪ੍ਰਧਾਨ ਸ਼੍ਰੀ ਪਾਸਕਰ ਨੇ ਪিয়ার ਪੋਲੀਵਰਵਲ ਨੂੰ ਸਮਾਗਮ ਵਿੱਚ ਸ਼ਮੂਲੀਅਤ ਕਰਨ ਤੋਂ ਕੀਤੀ ਗਈ ਨਾ ਤੋਂ ਬਾਅਦ ਇੱਕ ਚਿੱਠੀ ਲੇਖ ਕੇ ਆਪਣੇ ਭਾਈਚਾਰੇ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਉਹਨਾਂ ਲਿਖਿਆ ਕਿ ਦੇਸ਼ ਦੀ ਸਰਕਾਰ ਦੇ ਵਿਰੋਧੀ ਆਗੂ ਵੱਲੋਂ ਇੰਜ ਕਰਕੇ ਉਹਨਾਂ ਦੇ ਮਨਾਂ ਵਿੱਚ ਵਿਗਾਨੇ ਤੇ ਵਿਦੇਸ਼ੀ ਹੋਣ ਦਾ ਅਹਿਸਾਸ ਚੁਕਾਇਆ ਗਿਆ ਹੈ। ਕਈ ਹੋਰ ਹਿੰਦੂ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ ਗਈ ਹੈ ਵਿਰੋਧੀ ਆਗੂ ਵੱਲੋਂ ਇਸ ਸਬੰਧੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਕਿ ਉਸ ਨੂੰ ਇਨਜਕਾਰਨ ਦੀ ਲੋੜ ਕਿਉਂ ਪਈ ਕੁਝ ਲੋਕ ਇਸ ਨੂੰ ਕੈਨੇਡਾ ਚੋਣਾਂ ਵਿੱਚ ਵਿਦੇਸ਼ੀ ਦਖਲ ਦੀ ਚੱਲ ਰਹੀ ਜਾਂਚ ਨਾਲ ਵੀ ਜੋੜ ਕੇ ਵੇਖ ਰਹੇ ਨੇ ਤੇ ਕੁਝ ਹੋਰ ਭਾਰਤ ਤੇ ਕੈਨੇਡਾ ਵਿਚਲੇ ਤਣਾ ਨੂੰ ਇਸ ਦੀ ਵਜ੍ਹਾ ਦੱਸ ਰਹੇ ਨੇ ਮੁੱਖ ਭਾਈਚਾਰੇ ਦੇ ਸਿਆਸੀ ਵਿਸ਼ਲੇਸ਼ਕ ਐਸੂ ਪੀਅਰ ਪੋਲੀਵਰਵੋਲੋ ਮੁਖਤਾਰਾ ਵੋਟਰਾਂ ਦੀ ਟੋਹੀ ਗਈ ਨਬਜ਼ ਤੋਂ ਬਾਅਦ ਵਰਤੀ ਸਿਆਨਪ ਦੱਸ ਰਹੇ ਨੇ ਅੱਜ ਦੀਆਂ ਖਬਰਾਂ ਇੱਥੇ ਹੀ ਸਮਾਪਤ ਹੁੰਦੀਆਂ ਨੇ ਇਸ ਬਲੇਟਨ ਦੇ ਸਪਾਂਸਰਸ ਹਨ ਸ਼ੇਰਾ ਆਟਾ ਮੇਡ ਇਨ ਕੈਨੇਡਾ ਐਂਡ ਦੋਆਬਾ ਸਵੀਟਸ ਐਂਡ ਰੈਸਟੋਰੈਂਟ ਮੈਨੂੰ ਰਮਨ ਸਿੱਧੂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ